ਐਵੇਂ ਕੋਈ ਸਾਡਾ ਨਾਂ ਲੈ ਕੇ ਕਹੇ ਜਾਵੇ ਜੀ ਮੈਂ ਸਿੱਧੂ ਦਾ ਫਲਾਨਾ ਤੇ ਮੁਕਾਇ ਮੁਕਾ, ਸਾਡੇ ਨਾਲ ਤਾਂ ਕੋਈ ਨਹੀਂ ਖੜਾ, ਸਾਡੇ ਨਾਲ ਤਾਂ ਆਮ ਪਬਲਿਕ ਖੜੀ ਹੈ ਜਿਹੜੇ ਤੁਸੀਂ ਹੋ, ਤੁਹਾਡੇ ਚ ਰੱਬ ਵਸਿਆ, ਤੁਸੀਂ ਆਉਂਦੇ ਹੋ ਸਾਡੇ ਕੋਲ, ਸਾਡਾ ਦੁੱਖ ਦਰਦ ਸਮਝਦੇ ਹੋ। ਮੈਂ ਤੁਹਾਨੂੰ ਸਿਰ ਝੁਕਾ ਕੇ ਨਮਨ ਕਰਦੀ ਹਾਂ। ਬਾਕੀ ਤਾਂ ਇੱਥੇ ਸਾਰੇ ਲਾਲਚ ਵਾਲੇ ਆਉਂਦੇ ਨੇ, ਕੋਈ ਬਿਨਾਂ ਲਾਲਚ ਤੋਂ ਨਹੀਂ ਆਉਂਦਾ। ਸਿੱਧੂ ਨਾਲ ਕੀ ਕਮੈਂਟਮੈਂਟਾਂ ਕੀਤੀਆਂ ਹੋਈਆਂ ਸੀ ਲੋਕਾਂ ਨੇ, ਸਭ ਭੁੱਲ ਗਏ, ਆਪੋ ਆਪਦੇ ਕਿੱਤਿਆਂ 'ਚ ਬਿਜ਼ੀ ਹੋ ਗਏ। ਜਾਣੀ ਕਿ ਉਹਨਾਂ ਨੂੰ ਇਹ ਆ ਵੀ ਖਾਲੀ ਇਹਨਾਂ ਨੂੰ ਨਾ ਮੰਮੀ ਨੂੰ ਪਤਾ, ਨਾ ਪਾਪੀ ਨੂੰ ਪਤਾ ਉਹਦੀ ਨੂੰ ਵੀ ਸਾਡੀ ਕਿਸੇ ਨਾਲ ਕੀ ਕਮੈਂਟ ਹੋਈ, ਕਮੈਂਟਮੈਂਟ ਹੋਈ ਹੈ। ਸਿੱਧੂ ਦੇ ਤਾਂ ਪੁੱਤ ਜਿਹੜੇ ਦੇ ਨਾਲ ਵਾਲੇ ਸੀ ਸਾਰੀ ਦੁਸ਼ਮਣ ਬਣ ਗਏ, ਮੈਂ ਤਾਂ ਕਹਿੰਦੀ ਹਾਂ ਛੱਡ ਕੇ ਇੱਕ ਦੋ ਨੇ। ਪਰ ਅੱਜ ਇੰਨਾ ਦਿਲ ਦੁਖੀ ਹੋ ਰਿਹਾ ਹੈ, ਪਿਛਲੇ ਐਤਵਾਰ ਤੇ ਅਸੀਂ ਸਲਾਹ ਬਣਾ ਰਹੇ ਸੀ, ਸੋਚ ਰਹੇ ਸੀ ਵੀ ਸਾਡੀਆਂ ਸਰਕਾਰਾਂ ਤਾਂ ਕੱਖ ਨਹੀਂ ਕਰਦੀਆਂ, ਨਾ ਸਾਨੂੰ ਕੋਈ ਸਾਨੂੰ ਰਿਸਪੋਂਸ ਮਿਲਿਆ, ਸਾਡੀ ਪੁਲਿਸ ਤੋਂ, ਪੰਜਾਬ ਪੁਲਿਸ ਤੋਂ ਸਾਨੂੰ ਕੋਈ ਰਿਸਪੋਂਸ ਮਿਲਿਆ। ਵੀ ਇੰਨਾ ਮਨ ਦੁਖੀ ਹੈ ਨਾ ਅੱਜ ਵੀ ਅਸੀਂ ਇਹੋ ਜਿਹੇ ਸਮਾਜ 'ਚ ਰਹਿ ਰਹੇ ਹਾਂ ਜਿੱਥੇ ਕਿਸੇ ਦੀ ਪੱਖੀ ਨਹੀਂ ਹੈਗੀ। ਸਾਨੂੰ ਪਤਾ ਸਾਡਾ ਘਰ ਉੱਜੜਿਆ, ਕੱਲ੍ਹ ਕਿਸੇ ਦਾ ਹੋਰ ਉੱਜੜਿਆ ਸੀ, ਕੱਲ੍ਹ ਨੂੰ ਕਿਸੇ ਦਾ ਹੋਰ ਉੱਜੜ ਜੂ, ਨਾ ਸਰਕਾਰਾਂ ਨੂੰ ਮਤਲਬ ਹੈ, ਨਾ ਪੁਲਿਸ ਨੂੰ ਮਤਲਬ ਹੈ। ਮੈਂ ਤਾਂ ਅੱਜ ਪੁਲਿਸ ਨੂੰ ਵੀ ਕਹੂੰਗੀ, ਮੈਂ ਬਹੁਤ ਦੁਖੀ ਹੋਈ ਹੋਈ ਹਾਂ, ਕਿਸੇ ਤੋਂ ਕੋਈ ਕਾਰਵਾਈ ਨਹੀਂ ਕੀਤੀ। ਇਹ ਪੂਜਾ ਕਰਕੇ ਆਉਂਦੇ ਆ ਜੇਲ੍ਹਾਂ ਦੇ ਵਿੱਚੋਂ, ਕੱਲ੍ਹ ਤੁਸੀਂ ਦੇਖਿਆ ਹੀ ਉਹ ਬਿਸ਼ਨੋਈ ਸਾਹਿਬ ਦਾ ਟਿੱਕਾ ਲੱਗਿਆ, ਚੰਗੀ ਜੱਟ ਪਾਈ ਹੈ, ਪੂਜਾ ਕਰਕੇ ਆਏ ਨੇ, ਜਿਵੇਂ ਘਰੋਂ ਮਾਂ ਪੂਜਾ ਕਰਾ ਕੇ ਤੋਰਦੀ ਹੁੰਦੀ ਹੈ। ਸਾਡੇ ਪ੍ਰਸ਼ਾਸਨ ਦਾ ਤਾਂ ਇਹ ਹਾਲ ਹੋਇਆ ਹੋਇਆ ਹੁਣ। ਕੱਲ੍ਹ ਤੁਸੀਂ ਹੋਰ ਵੀ ਖਬਰ ਦੇਖੀ ਹੋਊਗੀ, ਜੇਲ੍ਹਾਂ ਦੇ ਵਿੱਚ ਬੈਡਾਂ ਦੀ ਸਹੂਲਤ ਦੇ ਰਹੇ ਨੇ, ਕਿਉਂ ਬਈ ਕਿਉਂ ਕੰਮ ਕਰਨਗੇ ਸਾਡੇ ਜਵਾਕ ਜਦੋਂ ਉਹਨਾਂ ਨੂੰ ਸਾਰੀਆਂ ਸਹੂਲਤਾਂ ਤਾਂ ਜੇਲ੍ਹਾਂ 'ਚ ਮਿਲ ਰਹੀਆਂ ਨੇ। ਕੋਈ ਤਾਂ ਸਾਨੂੰ ਸਾਡੀ ਕਮਾਈ ਕਰਨੀ ਨਹੀਂ ਜਾਂਦਾ। ਇੱਕ ਰਾਤ ਸਾਡੇ ਸੀਐਸ ਸਟਾਫ ਚੋਂ ਫਰਾਰ ਹੋ ਗਿਆ, ਕਿਵੇਂ ਹੋ ਗਿਆ? ਮੇਰਾ ਪੁੱਤ ਮਰਿਆ, ਕੋਈ ਭੈਣ ਕਹਿੰਦੀ ਆ, ਕਮੈਂਟ ਕਰਦੀ ਆ, ਕਹਿੰਦੀ ਜੇ ਇਹਦੇ ਬਾਪੂ ਦੇ ਸਾਰੇ ਹੋਵੇ ਸਾਰੀ ਦੁਨੀਆਂ ਨੂੰ ਅੰਦਰ ਕਰਾ ਦੇ। ਜਿਹੜਾ 39 ਸਾਲ ਦਾ ਆਗਿਆ ਕਾਰਜ ਬਾਅਦ ਘਰੋਂ ਗਿਆ ਹੋਵੇ, ਉਹਨੂੰ ਤਾਂ ਸਾਰੀ ਦੁਨੀਆਂ ਚੋਰ ਲੱਗਣ ਲੱਗ ਜਾਂਦੀ ਹੈ। ਭੈਣ ਮੇਰੀ ਤੇਰੇ ਘਰ ਤੱਕ ਅੱਗ ਆਊਗੀ, ਕਿਉਂਕਿ ਬਹੁਤ ਅੱਗ ਲੱਗ ਰਹੀ ਹੈ ਪੰਜਾਬ 'ਚ, ਲੱਗ ਚੁੱਕੀ ਹੈ, ਆਊਗੀ ਅੱਗ ਉਹਦੇ ਘਰੇ ਜਾਊਗੀ ਉਹ ਇੱਕ ਦਿਨ। ਚੰਗੇ ਕੰਮ ਦੀ ਤੁਸੀਂ ਕਾਮਨਾ ਕਰੋ, ਚੰਗੇ ਕੰਮ ਦੀ ਤਾਰੀਫ ਕਰੋ, ਜਿਹੜੇ ਕੋਈ ਚੰਗੇ ਕੰਮ ਕਰਦੇ ਆ ਇਹੋ ਜਿਹੇ ਕੰਮਾਂ ਦੀਆਂ ਤਾਰੀਫਾਂ ਨਾ ਕਰੋ।